ਜਦੋਂ ਜ਼ਿਮੀਦਾਰ ਨੇ ਮਾਂ ਨੂੰ ਝੂਠੀਆਂ ਸੱਚੀਆਂ ਸੁਣਾਈਆਂ ਨਾ ਕਿ ਮਾਈ ਜਿਹਨੂੰ ਤੂੰ ਛੋਟਾ ਜਿਹਾ ਬਾਲਕ ਕਹਿੰਦੀ ਹੈ ਇਹਨੇ ਸਾਡੀਆਂ ਸਾਰੀਆਂ ਫਸਲਾਂ ਉਜਾੜ ਦਿੱਤੀਆਂ। ਪਰ ਜਦੋਂ ਮਾਂ ਗਈ ਭੱਜੀ ਭੱਜੀ ਜਾਂਦੀ ਹੈ, ਬਾਬਾ ਜੀ ਨੂੰ ਮੰਦੇ ਚੰਗੇ ਬੋਲ ਬੋਲ ਦਿੰਦੀ ਹੈ, ਬੋਲ ਬੋਲ ਦਿੰਦੀ ਹੈ। ਉਸ ਤੋਂ ਬਾਅਦ ਜਦੋਂ ਬਾਬਾ ਜੀ ਕਹਿੰਦੇ ਕਿ ਮਾਈ ਅੱਜ ਤੱਕ ਆਪਣੀਆਂ 12 ਸਾਲ ਦੀਆਂ ਲੱਸੀ ਔਰ ਰੋਟੀਆਂ ਕਿ ਤੂੰ ਜ਼ਿਮੀਦਾਰਾਂ ਦੇ ਪਿੱਛੇ ਲੱਗ ਕੇ ਮੈਨੂੰ ਮੰਦੇ ਚੰਗੇ ਬੋਲ ਬੋਲੇ ਨੇ, ਅੱਜ ਤੱਕ ਆਪਣੀ 12 ਸਾਲ ਦੀ ਲੱਸੀ ਤੇ ਰੋਟੀਆਂ ਜਿਹਦੇ ਪਿੱਛੇ ਤੂੰ ਮੈਨੂੰ ਮਿਹਨੇ ਦਿੱਤੇ ਨੇ। ਫਿਰ ਮਾਂ ਰੋਂਦੀ ਰੋਂਦੀ ਕਹਿੰਦੀ ਹੈ ਕਿ ਨਾ ਜਾਈ ਜੋਗੀਆ ਲੜਕੇ, ਨਾ ਜਾਈ ਜੋਗੀਆ ਲੜਕੇ ਰਤਨੋ।